ਪਾਣੀ ਵਿੱਚ ਮਾਰਾਂ ਡਿੱਟਾ ਕਰਦੀ ਪੈਰੋ ਜੂੜੀ ਕੇ ਪਾਣੀ ਵਿੱਚ ਮਾਰਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਤਿਆਗ ਦੀ ਮੂਰਤੀ ਕਾਲਾ ਦੇ ਸਮੁੰਦਰ ਪੰਜਾਬੀ ਮਾਂ ਬੋਲੀ ਦੇ ਸਪੂਤ 우ਸਤਾਦ ਹਾਕਮ ਸੂਹੀ ਜੀ ਬਾਰੇ ਜਿਨ੍ਹਾਂ ਦਾ ਜਨਮ 3 ਮਾਰਚ 1952 ਵਿੱਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਦੇ ਘਰ ਬਠਿੰਡਾ ਦੇ ਨਾਲ ਲੱਗਦੇ ਸ਼ਹਿਰ ਮੰਡੀ ਗਿੱਦੜਵਾਹਾ ਵਿੱਚ ਹੋਇਆ ਪਰ ਹਾਕਮ ਸੂਫੀ ਜੀ ਦਾ ਪਿਸ਼ੋਕੜ ਗਿੱਦੜਵਾ ਦੇ ਨਾਲ ਲੱਗਦੇ ਪਿੰਡ ਦੌਲਾ ਦਾ ਹੈ ਜੇਕਰ ਗਿੱਦੜਵਾਹਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਆਰਟਿਸਟ ਬਹੁਤ ਪੈਦਾ ਹੋਏ ਹਨ ਜਿਨ੍ਹਾਂ ਵਿੱਚ ਮਿਹਰ ਮਿੱਤਲ ਸਾਹਿਬ, ਅਸ਼ੋਕ ਮਸਤੀ ਜੀ, ਦੀਪਕ ਢਿੱਲੋਂ, ਗੁਰਦਾਸ ਮਾਨ ਸਾਹਿਬ ਇੱਥੇ ਤੁਹਾਨੂੰ ਦੱਸ ਦਈਏ ਕਿ ਹਾਕਮ ਸੂਫੀ ਸਾਹਿਬ ਅਤੇ ਜਨਾਬ ਗੁਰਦਾਸ ਮਾਨ ਸਾਹਿਬ ਇਕੱਠੇ ਹੀ ਪੜਦੇ ਰਹੇ ਹਨ ਹਾਕਮ ਸੂਫੀ ਸਾਹਿਬ ਹੋਣੀ ਚਾਰ ਭਰਾ ਅਤੇ ਚਾਰ ਭੈਣਾਂ ਹਨ ਜਿਨ੍ਹਾਂ ਵਿੱਚ ਦੂਜੇ ਨੰਬਰ ਤੇ ਸੂਫੀ ਸਾਹਿਬ ਆਉਂਦੇ ਹਨ ਅਤੇ ਉਹਨਾਂ ਤੋਂ ਵੱਡੀ ਉਹਨਾਂ ਦੀ ਇੱਕ ਹੋਰ ਭੈਣ ਹੈ ਜੇਕਰ ਉਹਨਾਂ ਦੀ ਮੈਰਿਜ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ ਕਿਉਂਕਿ ਉਹ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉੱਥੇ ਉਹਨਾਂ ਦੇ ਮਾਤਾ ਪਿਤਾ ਜੀ ਵਿਆਹ ਲਈ ਨਹੀਂ ਮੰਨੇ ਤਾਂ ਉਹਨਾਂ ਨੇ ਸਾਰੀ ਉਮਰ ਵਿਆਹ ਨਾ ਕਰਾਉਣ ਦਾ ਫੈਸਲਾ ਲੈ ਲਿਆ ਤੇ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਪੜ੍ਹਾਈ ਬਾਰੇ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਬੀਏ ਤੱਕ ਦੀ ਪੜ੍ਹਾਈ ਮੰਡੀ ਗਿੱਦੜਵਾਹ ਵਿੱਚ ਹੀ ਕੀਤੀ ਇਸ ਤੋਂ ਬਾਅਦ ਉਹ ਫਾਈਨ ਆਰਟ ਦੇ ਡਿਪਲੋਮੇ ਲਈ ਨਾਬਾ ਚਲੇ ਗਏ ਜਿੱਥੇ ਉਹਨਾਂ ਨੇ 2 ਸਾਲ ਦਾ ਫਾਈਨ ਆਰਟ ਦਾ ਡਿਪਲੋਮਾ ਕੀਤਾ ਤੁਹਾਨੂੰ ਦੱਸ ਦਈਏ ਕਿ ਸੂਫੀ ਸਾਹਿਬ ਸਕੂਲ ਟਾਈਮ ਬਹੁਤ ਜ਼ਿਆਦਾ ਸ਼ਾਰਤੀ ਹੁੰਦੇ ਸਨ ਉਹ ਫੁੱਲ ਬੂਟੇ ਨਾਲ ਅਕਸਰ ਛੇੜਛਾੜ ਕਰਦੇ ਰਹਿੰਦੇ ਸਨ ਉਹਨਾਂ ਨੂੰ 1974 ਵਿੱਚ ਫਾਈਨ ਆਰਟ ਦੇ ਟੀਚਰ ਵਜੋਂ ਜੋਬ ਮਿਲ ਗਈ ਉਹਨਾਂ ਨੇ ਪਹਿਲੀ ਵਾਰੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੰਗੀ ਰਾਣਾ ਵਿੱਚ ਜੁਆਇਨ ਕੀਤਾ ਅਤੇ 32 ਸਾਲ ਤੱਕ ਇਸ ਸਕੂਲ ਵਿੱਚ ਹੀ ਸੇਵਾ ਕੀਤੀ ਅਤੇ 31/3/2010 ਨੂੰ ਇਸ ਸਕੂਲ ਵਿੱਚੋਂ ਹੀ ਰਿਟਾਇਰਮੈਂਟ ਲਈ ਜੇਕਰ ਉਹਨਾਂ ਦੇ ਗਾਇਕੀ ਦੇ ਸਫ਼ਰ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਗਾਇਕੀ ਦੀ تعلیم ਜਨਾਬ ਫਕੀਰ ਮੁਹੰਮਦ ਫਕੀਰ ਸਾਹਿਬ ਤੋਂ ਲਈ ਸੂਫੀ ਸਾਹਿਬ ਨੇ ਪਹਿਲੀ ਵਾਰੀ ਸੁਰਮਈ ਸ਼ਾਮ ਟੀਵੀ ਤੇ ਗਾਇਆ ਇਸ ਤੋਂ ਬਾਅਦ 1984 ਵਿੱਚ ਮੇਲਾ ਯਾਰਾਂ ਦਾ ਐਚ ਐਮ ਬੀ ਕੰਪਨੀ ਵੱਲੋਂ ਉਹਨਾਂ ਦਾ ਤਵਾ ਰਿਕਾਰਡ ਕੀਤਾ ਗਿਆ ਜਿਸ ਦੇ ਸਾਰੇ ਹੀ ਗੀਤ ਸੁਪਰ ਉਪਰ ਹਿੱਟ ਰਹੇ ਮੇਲਾ ਯਾਰਾਂ ਦਾ ਯਾਰਾਂ ਦਾ ਹੋ ਦਿਲਦਾਰਾਂ ਦਾ ਇਸ ਤੋਂ ਇਲਾਵਾ ਉਹਨਾਂ ਨੇ ਕਈ ਫਿਲਮਾਂ ਵਿੱਚ ਵੀ ਬੈਕਗ੍ਰਾਉਂਡ ਸਿੰਗਰ ਦੇ ਤੌਰ ਤੇ ਕੰਮ ਕੀਤਾ ਉਹਨਾਂ ਨੇ ਬਰਿੰਦਰ ਦੀ ਫਿਲਮ ਯਾਰੀ ਜੱਟ ਦੀ ਜੋ ਕਿ ਬਹੁਤ ਹੀ ਸੁਪਰ ਉੱਪਰ ਹਿੱਟ ਰਹੀ ਸੀ ਵਿੱਚ ਗੀਤ ਗਾਇਆ ਸੀ ਜਿਸ ਦੇ ਬੋਲ ਸਨ ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਅੜੀਕਾਂ ਜੋ ਕਿ ਪੰਜਾਬੀਆਂ ਦੀ ਜਵਾਨ ਤੇ ਅੱਜ ਵੀ ਹੈ ਰਾਂਝਣ ਮਿਲਵਾ ਦੇ ਰੱਬਾ ਪਾਣੀ ਨਾ ਦੂਰ ਕਰੀ ਕਾ ਉਹ ਵਿਛੜਿਆ ਯਾਰ ਮਿਲਾ ਦੇ ਓਏ ਸੱਜਣਾ ਦੇ ਮੇਲ ਕਰਾ ਦੇ ਓਏ ਉਹਨਾਂ ਨੇ ਬਹੁਤ ਸਾਰੀਆਂ ਕਵਿਸਤਾਂ ਵੀ ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾਈਆਂ ਜਿਨ੍ਹਾਂ ਵਿੱਚ ਦਿਲਵੱਟੇ ਦਿਲ ਦਿਲ ਤੜਫੇ ਮਿਲਾ ਯਾਰਾਂ ਦਾ ਚੱਲਿਆ ਦਿਲਾਵੇ ਸੁਪਨਾ ਮਾਹੀ ਦਾ ਕੋਲ ਬਹਿ ਕੇ ਸੁਣ ਸੱਜਣਾ ਗੱਭਰੂ ਪੰਜਾਬ ਦਾ ਆਦੀ ਦੇ ਬੱਕੇ ਸੁਣ ਸਜਣਾ ਦੁਕਾਨ ਪਾਰਿਆਂ ਦੀ ਦਲਦਿ ਕਹਾਣੀ ਉਹ ਕਿਤੇ ਵਜੋਂ ਅਧਿਆਪਕ ਹੋਣ ਕਰਕੇ ਉਹ ਕਾਫੀ ਟਾਈਮ ਪੰਜਾਬੀ ਸਰੂਤਿਆਂ ਤੋਂ ਦੂਰ ਵੀ ਰਹੇ ਤੇ ਕਾਫੀ ਟਾਈਮ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕੋਈ ਵੀ ਗੀਤ ਨਹੀਂ ਦਿੱਤਾ ਉਹਨਾਂ ਦਾ ਇੱਕ ਗੀਤ ਛੱਲਾ ਜੋ ਗੁਰਦਾਸ ਮਾਨ ਸਾਹਿਬ ਦੇ ਛੱਲੇ ਤੋਂ ਪਹਿਲਾਂ ਆਇਆ ਸੀ ਅਤੇ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਸੂਫੀ ਸਾਹਿਬ ਬਹੁਤ ਹੀ ਸਾਦਗੀ ਪਸੰਦ ਇਨਸਾਨ ਸਨ ਉਹ ਸਾਦਗੀ ਅਤੇ ਕਲਾ ਦਾ ਸੁਮੇਲ ਸਨ ਉਹ ਖੁਦ ਹੀ ਲਿਖਦੇ ਸਨ ਅਤੇ ਖੁਦ ਹੀ ਗਾਉਂਦੇ ਸਨ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹਨਾਂ ਦੇ ਕਈ ਗੀਤ ਹੋਰ ਕਲਾਕਾਰਾਂ ਵੱਲੋਂ ਤਰੋੜ ਮਰੋੜ ਕੇ ਵੀ ਪੇਸ਼ ਕੀਤੇ ਗਏ ਹਨ ਜਿਸ ਕਰਕੇ ਉਹਨਾਂ ਨੂੰ ਹਮੇਸ਼ਾ ਗਿਲਾ ਵੀ ਹੈ ਸੂਫੀ ਸਾਹਿਬ ਦੇ ਗੁਰਦਾਸ ਮਾਨ ਸਾਹਿਬ ਬਹੁਤ ਹੀ ਨੇੜੇ ਸਨ ਉਹ ਦੋਵੇਂ ਪਹਿਲਾਂ ਇਕੱਠੇ ਸਟੇਜਾਂ ਕਰਿਆ ਕਰਦੇ ਸਨ ਅਤੇ ਬਾਅਦ ਵਿੱਚ ਅਲੱਗ-ਅਲੱਗ ਹੋ ਗਏ ਸਨ ਉਹਨਾਂ ਦੋਵਾਂ ਨੇ ਇਕੱਠਿਆਂ ਇੱਕ ਹਿੰਦੀ ਫਿਲਮ ਵਿੱਚ ਕਵਾਲੀ ਗਾਈ ਸੀ ਤੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਸੀ ਜਦੋਂ ਫਿਰ ਉਹ 15 ਸਾਲਾਂ ਬਾਅਦ ਦੋਵੇਂ ਇਕੱਠੇ ਹੋਏ ਤਾਂ ਇੱਕ ਦੂਜੇ ਨੂੰ ਦੇਖ ਕੇ ਰੋਣ ਲੱਗ ਪਏ ਤੇ ਉਹਨਾਂ ਨੇ ਸੱਜਣਾ ਵੇ ਸੱਜਣਾ ਗੀਤ ਗਾਇਆ ਅਤੇ ਦਰਸ਼ਕਾਂ ਨੂੰ ਫਿਰ ਝੂਮਣ ਲਾ ਦਿੱਤਾ ਇੱਥੇ ਤੁਹਾਨੂੰ ਦੱਸ ਦਈਏ ਕਿ ਦਫਲੀ ਦੀ ਵਰਤੋਂ ਸਭ ਤੋਂ ਪਹਿਲਾਂ ਹਾਕਮ ਸੂਫੀ ਸਾਹਿਬ ਆਪਣੇ ਗਾਣਿਆਂ ਵਿੱਚ ਕਰਦੇ ਹੁੰਦੇ ਸਨ ਤੇ ਇਸ ਤੋਂ ਬਾਅਦ ਗੁਰਦਾਸ ਮਾਨ ਸਾਹਿਬ ਕੁਝ ਲੋਕਾਂ ਵੱਲੋਂ ਹਾਕਮ ਸੂਫੀ ਸਾਹਿਬ ਨੂੰ ਗੁਰਦਾਸ ਮਾਨ ਸਾਹਿਬ ਦਾ ਗੁਰੂ ਵੀ ਕਿਹਾ ਜਾਂਦਾ ਹੈ ਪਰ ਹਾਕਮ ਸੂਫੀ ਸਾਹਿਬ ਨੇ ਕਦੇ ਵੀ ਗੁਰਦਾਸ ਮਾਨ ਨੂੰ ਆਪਣਾ ਚਿਲਾ ਨਹੀਂ ਕਿਹਾ ਅਤੇ ਗੁਰਦਾਸ ਮਾਨ ਸਾਹਿਬ ਨੇ ਵੀ ਕਦੇ ਇਹ ਗੱਲ ਨਹੀਂ ਕਹੀ ਕਿ ਸੂਫੀ ਸਾਹਿਬ ਉਹਨਾਂ ਦੇ ਗੁਰੂ ਹਨ ਪਰ ਗੱਲ ਭਾਵੇਂ ਕੋਈ ਵੀ ਹੋਵੇ ਪਰ ਲੋਕ ਹਮੇਸ਼ਾ ਹਾਕਮ ਸੂਫੀ ਸਾਹਿਬ ਨੂੰ ਗੁਰਦਾਸ ਮਾਨ ਦਾ ਗੁਰੂ ਹੀ ਮੰਨਦੇ ਹਨ ਹਾਕਮ ਸੂਫੀ ਸਾਹਿਬ 4 ਸਤੰਬਰ 2012 ਨੂੰ 60 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਾਡੇ ਵੱਲੋਂ ਤਿਆਗ ਦੀ ਮੂਰਤੀ ਅਤੇ ਕਲਾ ਦੇ ਸਮੁੰਦਰ ਹਾਕਮ ਸੂਫੀ ਸਾਹਿਬ ਨੂੰ ਕੋਟੀ ਕੋਟੀ ਪ੍ਰਣਾਮ